ਮੋਹਾਲੀ ਤੋਂ ਖਰੜ ਨੂੰ ਜਾਣ ਲਈ ਇੱਕ ਫਲਾਈਓਵਰ ਹੇਠੋਂ ਪਿੰਡ ਦਾਉ ਨੂੰ ਜਾਣ ਵਾਸਤੇ ਰਸਤਾ ਕੱਢਿਆ ਜਾਣਾ ਸੀ ਜੋ ਤੈ ਯੋਜਨਾ ਅਨੁਸਾਰ ਨਹੀਂ ਕੱਢਿਆ ਗਿਆ ਜਿਸ ਦੇ ਚਲਦੇ ਦਾਉ ਨਿਵਾਸੀਆ ਵੱਲੋਂ ਕਾਂਗਰਸ ਅਕਾਲੀ ਦਲ ਅਤੇ ਭਾਜਪਾ ਖਿਲਾਫ ਮੁਜ਼ਾਹਰਾ ਕੀਤਾ ਗਿਆ ਨੈਸ਼ਨਲ ਹਾਈਵੇ ਥਾਰਟੀ ਵੱਲੋਂ ਸੜਕ ਚੌੜੀ ਕਰਨ ਸਮੇਂ ਇਲਾਕੇ ਦੇ ਲੋਕਾਂ ਨੂੰ ਪਤਾ ਲੱਗਿਆ ਕਿ ਅਕਾਲੀ ਸਰਕਾਰ ਸਮੇਂ ਜੋ ਨਕਸ਼ੇ ਬਣਾਏ ਗਏ ਸਨ ਉਹਨਾਂ ਵਿੱਚ ਦਾਉ ਪਿੰਡ ਲਈ ਕੋਈ ਵੀ ਰਸਤਾ ਨਹੀਂ ਛੱਡਿਆ ਗਿਆ ਜਿਸ ਕਾਰਨ ਮੌਕੇ ਉੱਤੇ ਇਲਾਕੇ ਦੇ ਲੋਕਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ ਇਲਾਕਾ ਨਿਵਾਸੀਆਂ ਦਾ ਇਹ ਕਹਿਣਾ ਸੀ ਕਿ ਬਲਬੀਰ ਸਿੱਧੂ ਵੱਲੋਂ ਕਈ ਲਾਰੇ ਲਗਾਏ ਗਏ ਨੇ ਪਰ ਅਜੇ ਤੱਕ ਸੜਕ ਦਾ ਨਿਰਮਾਣ ਨਹੀਂ ਕੀਤਾ ਗਿਆ ਜਿਸ ਦੇ ਚੱਲਦੇ ਹੁਣ ਇਲਾਕਾ ਨਿਵਾਸੀਆਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਬਹਾਰਾਲ ਇਸ ਦੇ ਚੱਲਦੇ ਪ੍ਰਦਰਸ਼ਨਕਾਰੀਆਂ ਦਾ ਕੀ ਕਹਿਣਾ ਸੀ ਆਓ ਇੱਕ ਵਾਰ ਸੁਣਦੇ ਹਾਂ ਜਿੰਦਾਬਾਦ ਮੁਰਦਾਬਾ ਪ੍ਰੇਮ ਸਿੰਘ ਚੰਦੂ ਮਾਜਰਾ ਮੁਰਦਾਬਾ ਜਿੰਦਾਬਾਦ ਮੁਰਦਾਬਾ ਭਾਜਪਾ ਪੰਜਾਬ ਦੀ ਲੀਡਰਸ਼ਿਪ ਮੁਰਦਾਬਾ ਜਿੰਦਾਬਾਦ ਮੁਰਦਾਬਾ ਕੈਪਟਨ ਅਮਰਿੰਦਰ ਮੁਰਦਾਬਾ ਦਾ ਪ੍ਰੋਟੈਸਟ ਕਰਨਾ ਪੈ ਰਿਹਾ ਹੈ। ਕੋਈ ਕਰਨਾ ਪਾਉ। ਇਹ ਜੇ ਅਸੀਂ ਮੁਜਾਹਰਾ ਕਰ ਰਹੇ ਹਾਂ ਉਹਨਾਂ ਚੋਰਾਂ ਠੱਗਾ ਖਿਲਾਫ, ਝੁੱਠੇ ਲਾਰੇਵਾਜਾਂ ਖਿਲਾਫ ਜਿਹੜੇ ਕਹਿੰਦੇ ਲੋਕ ਅਕਸਰ ਭੁੱਲ ਜਾਇਆ ਕਰਦੇ ਆਂ। ਪ੍ਰੇਮ ਸਿੰਘ ਚੰਦੂਮੱਜਰੇ ਖਿਲਾਫ, ਕਾਂਗਰਸ ਦੇ ਬਲਬੀਰ ਸਿੰਘ ਸਿੱਧੂ ਖਿਲਾਫ ਜਿਹੜੇ ਇਸ ਇਲਾਕੇ ਦਾ ਐਮ.ਐਲ.ਏ ਆ। ਭਾਜਪਾ ਪੰਜਾਬ ਦੀ ਲੀਡਰਸ਼ਿਪ ਆ ਜਿਹੜੀ ਮੇਰੇ ਹੱਥ 'ਚ ਫੋਟੋ ਆ। ਅਨਿਤਨ ਗਟਕਰੀ ਦੀ ਫੋਟੋ ਮੇਰੇ ਹੱਥ 'ਚ ਹੈ ਦਫ਼ਤਰ ਦੀ। ਹਰਦੀਪ ਪੁਰੀ ਦੇ ਦਫ਼ਤਰ ਅਸੀਂ ਗਏ। ਮਾਮਲਾ ਕੀ ਹੈ ਕਿ ਚੰਦੂਮੱਜਰੇ ਨੇ ਪਿੰਡ ਗੋਦ ਲਿਆ ਹੋਇਆ ਸੀ। ਬਲਬ ਨੈਸ਼ਨਲ ਹਾਈਵੇ ਅਥਾਰਟੀ ਨੇ ਸੜਕ ਚੌੜੀ ਕਰਨੀ ਸੀ ਪਬਲਿਕ ਦੀ ਸੌਲਤ ਵਾਸਤੇ ਇਹ ਚੰਡੀਗੜ੍ਹ ਤੋਂ ਸ਼ੁਰੂ ਹੋ ਕੇ ਖਲਰ ਤੱਕ ਜਾਣੀ ਸੀਗੀ ਚੰਡੀਗੜ੍ਹ ਤੋਂ ਪੁਲ ਬਣਨਾ ਸੀਗਾ ਤੇ 6 ਫੇਜ ਦੀਆਂ ਕੋਠੀਆਂ ਵਿਚਾਰੀਆਂ ਸੀ ਮੈਂ ਉਸ ਪ੍ਰੋਟੈਸਟ ਦੇ ਵਿੱਚ ਸ਼ਾਮਲ ਰਿਹਾ ਅਸੀਂ ਲਗਾਤਾਰ 6 ਫੇਜ ਦੇ ਗੁਰਦੁਆਰੇ ਦੇ ਬਾਹਰ ਪ੍ਰੋਟੈਸਟ ਕੀਤਾ ਤਾਂ ਨਕਸ਼ਾ ਬਦਲਿਆ ਗਿਆ ਉਹ ਕੋਠੀਆਂ ਬਚ ਗਈਆਂ ਫਿਰ ਆ ਗਿਆ ਮਿਲਕ ਪਲਾਂਟ ਤੋਂ ਬਲੋਂਗੀ ਤੱਕ ਪੁਲ ਬਣਨਾ ਸੀ ਫਿਰ ਉੱਥੇ ਪ੍ਰੋਟੈਸਟ ਹੋਇਆ ਨਕਸ਼ਾ ਫੇਰ ਬਦਲਿਆ ਗਿਆ ਫਿਰ ਆ ਗਿਆ ਜਿੱਤੇ ਮਾਤਾ ਸਾਹਿਬ ਕੌਰ ਕਾਲਜ ਆ ਬਲੋਂਗੀ ਟੱਪ ਕੇ ਉੱਥੇ ਪਬਲਿਕ ਅਦਾਰੇ ਤੇ ਕਲੋਨੀਆਂ ਵੀ ਚੱਲ ਰਹੀ ਸੀ ਫੇਰ ਨਕਸ਼ਾ ਬਦਲੀ ਗਿਆ ਉੱਥੇ ਪੁਲ ਬਣਾਣਾ ਬੰਦ ਹੋ ਗਿਆ ਪਰ ਆਹ TDI ਕੰਪਨੀ ਐ 100 ਘਰ ਐਥੇ ਆ ਐਨੇ ਰਿਸ਼ਵਤ ਦਿੱਤੀਆਂ ਨੈਸ਼ਨਲ ਹਾਈਵੇ ਅਥਾਰਟੀ ਦੇ ਅਫਸਰਾਂ ਨੂੰ ਤੇ ਇਹਨਾਂ ਨਾਲ MLA ਤੇ MP ਮਿਲਿਆ ਹੋਇਆ ਸੀ 100 ਘਰਾਂ ਨੂੰ ਆ ਦੇਖੋ ਕਿੰਨਾ ਲੰਮਾ ਚੜਾ ਰਸਤਾ ਦਿੱਤਾ 10 ਮੀਟਰ ਦੂਰ ਸਾਡੇ ਪਿੰਡ ਦਾ ਘਟ ਹੈਗਾ ਜਿਹੜੀ ਹਜ਼ਾਰਾਂ ਦੀ ਗਿਣਤੀ ਹੈ ਤੇ ਹਰੇਕ ਐਤਵਾਰ ਮੇਲਾ ਪੜਦਾ ਡੇਰਾ ਬਾਬਾ ਖਟਕ ਸਿੰਘ ਦੇ ਦਰਵਾਜ਼ੇ ਤੇ ਮਾਗੀ ਦਾ ਮੇਲਾ ਲੱਗਦਾ ਲੱਖਾਂ ਲੋਕ ਆਣੇ ਆ ਉਹਨਾਂ ਦੇ ਮੇਲੇ 'ਚ ਮੱਥਾ ਟੇਕ ਕੇ ਖੜਾ ਜਾਣਾ ਹੋਵੇ ਜਦੋਂ 2 ਕਿਲੋਮੀਟਰ ਤੋਂ ਬੜੌਂਗੀ ਤਵਾਨ ਜਾਏ ਆਊਟਸਾਈਡ ਆਣ ਆਊਟਸਾਈਡ ਆਣ ਐਕਸੀਡੈਂਟ ਕਰਾਣ ਤੇ ਪੁਲਿਸ ਕੋਲੋਂ ਚਲਾਨ ਕਰਾਣਾ ਤਾਂ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਨਕਸ਼ਾ ਦੇ ਵਿੱਚ ਦਾਉ ਨੂੰ ਰਸਤਾ ਨਹੀਂ ਦਿਖਾਇਆ ਬਲਬੀਰ ਸਿੰਘ ਸਿੱਧੂ ਡੀਸੀਜੀ ਦੇ ਅੰਡਰ ਹੈ ਡੀਸੀਜੀ ਨੂੰ ਰਿਪੋਰਟ ਕਰਦਾ ਐਸਜੀਐਮ ਨੂੰ ਰਿਪੋਰਟ ਕਰਦਾ ਉਹਨੇ ਰਸਤਾ ਨਹੀਂ ਦਿਖਾਇਆ ਫਿਰ ਜਦੋਂ ਸੜਕ ਬਣਨ ਲੱਗ ਪਈ ਅਸੀਂ ਪਿੰਡਾਂ ਵਾਲੇ ਲੋਕਾਂ ਨੇ ਇਲਾਕੇ ਦੇ ਲੋਕਾਂ ਨੇ ਸੰਗਤਾਂ ਨੇ ਧਰਨਾ ਜਲੂਸ ਲਾ ਕੇ ਆਹ ਸੜਕ ਬੰਦ ਕਰਾਤੀ ਵੀ ਅਸੀਂ ਨਹੀਂ ਬਣ ਦੇਣੀ ਬਲਬੀਰ ਸਿੰਘ ਸਿੱਧੂ ਦੀ ਫੋਟ ਆਪਣੀ ਕੋਠੀ ਬੁਲਾਇਆ ਸਾਡੀ ਪਿੰਡ ਦੀ ਪੰਚਾਇਤ ਨੂੰ ਮੋਤਵਰਾਂ ਨੂੰ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਹਿੰਦਾ ਇੱਥੇ ਮੈਂ ਕੁਝ ਨਹੀਂ ਕਰ ਸਕਦਾ ਅੱਗੇ ਮੈਂ ਰਸਤਾ ਦਵਾ ਕੇ ਤੁਹਾਨੂੰ ਲਾਈਟਾਂ ਲਗਾ ਦਾਂਗਾ ਇਹ ਬਲਬੀਰ ਸਿੰਘ ਸਿੱਧੂ ਦੀ ਜਵਾਨੀ ਹੈ ਪ੍ਰੇਮ ਸਿੰਘ ਚੰਦੂ ਮਾਜਰਾ ਆਇਆ ਇੱਥੇ ਅਕਾਲੀ ਸਾਭਕਾ ਸਰਪੰਚ ਉਹਨੇ ਬੁਲਾਇਆ ਵਧੀਆ ਬੰਦਾ ਹੈਗਾ ਅਵਤਾਰ ਸਿੰਘ ਗੋਸਲ ਤਾਂ ਉਹਨੇ ਪ੍ਰੇਮ ਸਿੰਘ ਚੰਦੂ ਮਾਜਰਾ ਨੂੰ ਬੁਲਾਇਆ ਇੱਥੇ ਖੜ ਕੇ ਪ੍ਰੇਮ ਸਿੰਘ ਚੰਦੂ ਮਾਜਰਾ ਕਸ਼ਟਚ ਲੈਕਚਰ ਦੇ ਕੇ ਗਿਆ ਕਹਿੰਦਾ ਮੈਂ ਪਟਿਆਲੇ ਦੇ ਵਿੱਚ ਬਣਿਆ ਹੋਇਆ ਪੂਲ ਤੜਵਾਤਾ ਸੀ ਲੋਕਾਂ ਦੀ ਝੋਲ ਦਵਾ ਤੇ ਗਟਕਰੀ ਨੂੰ ਕਹਿ ਕੇ ਦਾਉਂ ਦਾ ਕਹ ਇਹ ਫੜ ਮਾਰ ਕੇ ਗਿਆ ਸੀ ਲੈ ਪ੍ਰੇਮ ਸਿੰਘ ਚੰਦੂ ਮਾਜਰਾ ਕਿੱਥੇ ਆ ਹੁਣ ਸਾਡਾ ਪੁੱਲ ਤੋੜ ਜੇ ਹਿੰਮਤ ਹੈ ਫਿਰ ਆ ਗਏ ਸੀ ਨਿਤਿਨ ਗਟਕਰੀ ਅਸੀਂ ਆਰਐਸਐਸ ਦੇ ਬੰਦੇ ਫੜੇ ਛਾਤੀ ਦੇ ਪੱਥਰ ਰੱਖ ਕੇ ਅਸੀਂ ਆਰਐਸਐਸ ਤੋਂ ਬੜੇ ਵਿਰੋਧੀ ਆ ਆਰਐਸਐਸ ਵਾਲੇ ਨੇਤਾਵਾਂ ਨੇ ਨਿਤਿਨ ਗਟਕਰੀ ਦੇ ਦਫਤਰ ਸ਼ਹਿਰੀ ਹਵਾ ਜਿਹੜੇ ਮੰਤਰੀ ਹੈਗਾ ਸੜਕ ਨਿਰਮਾਣ ਮੰਤਰੀ ਉਹਦੇ ਦਫਤਰ ਅਸੀਂ ਮੀਟਿੰਗਾਂ ਕਰਦੇ ਰਹੇ ਆਾ ਬੀਜੇਪੀ ਪੰਜਾਬ ਦੀ ਲੀਡਰਸ਼ਿਪ ਅਸੀਂ ਬੀਜੇਪੀ ਦੇ ਹੈੱਡ ਆਫ ਜੀ ਮੀਟਿੰਗਾਂ ਕਰਦੇ ਰਹੇ ਆ ਅਸੀਂ ਹਰਦੀਪ ਸਿੰਘ ਪੂਰੀ ਜਿਹੜੇ ਸ਼ਹਿਰੀ ਹਵਾਵਾਜੀ ਮੰਤਰੀਏ ਦਿੱਲੀ ਦੇ ਵਿੱਚ ਉੱਥੇ ਮੀਟਿੰਗ ਕਰਦੇ ਰਹੇ ਹਾਂ ਅਸੀਂ ਪ੍ਰਧਾਨ ਮੰਤਰੀ ਦਫ਼ਤਰ ਤੱਕ ਜਾਂਦੇ ਰਹੇ ਹਾਂ ਉੱਥੋਂ ਪਤਾ ਲੱਗਿਆ ਫਾਈਲਾਂ ਤੁਰ ਵੀ ਪਈਆਂ ਫਾਈਲਾਂ ਤੁਰ ਕੇ ਜ਼ਿਲ੍ਹਾ ਪ੍ਰਸ਼ਾਸਨ ਨੇ ਕਮੇਟੀ ਬਣਾਈ ਡੀਸੀ ਉਹਦੇ ਵਿੱਚ ਬੈਠਾ ਸੀ ਡਿਸਟ੍ਰਿਕਟ ਰੈਵਿਨਿਊ ਅਫਸਰ ਉਹ ਜੀ ਬੈਠਾ ਸੀ ਐਸ ਡੀ ਐਮ ਉਹ ਚ ਬੈਠਾ ਸੀ ਉਦੋਂ ਹੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਜੀ ਮੈਂ ਦੁਆਰੇ ਆ ਤੇ ਜਦੋਂ ਅਸੀਂ ਧਰਨਾ ਲਾਇਆ ਪਹਿਲਾਂ ਤਾਂ ਪੁਲਿਸ ਇਹ ਸਾਨੂੰ ਵੀ ਧਰਨਾ ਚੱਕ ਲੋ ਫਿਰ ਦਬਕੇ ਮਾਰੇਗੇ ਕਿਸਾਨਾਂ ਨੂੰ ਕਿਤੇ ਟਰਾਲੀ ਨਹੀਂ ਚੱਕ ਲੋ ਪਰਚੇ ਹੋਣਗੇ ਬੁਲਾਉਂਗੀ ਪੁਲਿਸ ਵੱਲੋਂ ਬਾਅਦ ਚ ਫਿਰ ਇਹ ਸੜਕ ਥੋੜੇ ਯਾਦ ਹੋਣਾ ਜਦੋਂ ਸੜਕ ਬਣੀ ਐ ਦੋਨੋਂ ਪਾਸੇ ਖਾਲੀ ਸੀ ਸੜਕ ਦੇ ਵਿੱਚ ਡਿਵਾਈਡਰ ਨਹੀਂ ਲਾਇਆ ਸੀ ਸਾਨੂੰ ਲਾਰੇ ਵਾ ਜੇ ਰੱਖੀ ਵੀ ਲਾਈਟਾਂ ਦਵਾ ਦਾਂਗੇ ਬਾਅਦ ਚ ਹੁਣ ਕੋਈ ਲਾਈਟਾਂ ਨਹੀਂ ਮਿਲੀਆਂ ਫਿਰ ਪਿਛਲੇ ਸਾਲ ਮਾਗੀ ਦੇ ਮੇਲੇ ਤੇ ਅਸੀਂ ਚੇਤਾਵਨੀ ਦਿੱਤੀ ਤਿੰਨੇ ਪਾਰਟੀਆਂ ਨੂੰ ਵੀ ਤੁਸੀਂ ਲਾਰੇ ਲਾਏ ਸੀ ਆ ਆ ਉਦੋਂ ਤੋਂ ਛੁਪਾਏ ਹੋ ਜਿਹੜੇ ਪਿੱਛੇ ਆ ਵੀ ਵੋਟਾਂ ਮੰਗਣ ਆਏ ਹੋ ਜੇ ਸਾਡੇ ਪਿੰਡ ਨੂੰ ਰਸਤਾ ਨਹੀਂ ਦੇਣਾ ਮਾਗੀ ਦੇ ਮੇਲੇ ਨੂੰ ਪ੍ਰੈਸ ਕਾਨਫਰੰਸ ਬੁਕਾਇਦਾ ਹੋਈ ਅਖਬਾਰਾਂ ਚ ਆਇਆ ਤੇ ਫਲੈਕਸ ਲਾਇਆ ਇੱਕ ਸਾਲ ਦੀ ਚੇਤਾਵਨੀ ਦੇਣ ਤੋਂ ਬਾਅਦ ਵੀ ਸਾਡੇ ਪਿੰਡ ਨੂੰ ਰਸਤਾ ਨਹੀਂ ਮਿਲਿਆ ਫਿਰ ਸਾਡੇ ਕੋਲ ਇੱਕੋ ਬਲਵੀਰ ਸਿੱਧੂ ਦਾ ਅਸੀਂ ਬਾਈਕਟ ਕਰਾਂਗੇ ਸੰਗਤ ਨੂੰ ਸੁਨੇਹਾ ਦੇ ਰਹੇ ਆ ਕਿ ਜੇ ਤੁਹਾਨੂੰ ਗੁਰੂ ਘਰ ਨਾਲ ਪਿਆਰ ਹੈ ਇਸ ਇਲਾਕੇ ਦੀ ਸਹੂਲਤ ਨਾਲ ਪਿਆਰ ਹੈ ਰੌਂਗ ਸਾਈਨਡ ਪੁਲਿਸ ਤੋਂ ਬਚਣਾ ਹੈ ਜਿਹੜੇ ਚਲਾਨ ਕਰਦੇ ਆ ਰੌਂਗ ਸਾਈਨਡ ਸਾਡੀ ਬੀਬੀਆਂ ਭੈਣਾਂ ਆਂਦੀਆਂ ਤੇ ਉਹਦੇ ਐਕਸੀਡੈਂਟ ਹੁੰਨੇ ਆ ਇਹਦੇ ਦੋਸ਼ੀ ਬਲਵੀਰ ਸਿੰਘ ਸਿੱਧੂ ਹੈ ਕਾਂਗਰਸੀ ਐਮਐਲਏ ਇਹਦੇ ਦੋਸ਼ੀ ਪ੍ਰੇਮ ਸਿੰਘ ਚੰਦੂ ਮਾਜਰਾ ਹੈ ਇਹਦੇ ਦੋਸ਼ੀ ਭਾਜਪਾ ਪੰਜਾਬ ਦੀ ਲੀਡਰਸ਼ਿਪ ਹੈ ਇਹਦਾ ਦੋਸ਼ੀ ਕੈਪਟਨ ਅਮਰਿੰਦਰ ਹੈ ਮੈਨੂੰ ਪਤਾ ਨਹੀਂ ਉਹਦੀ ਕਿਹੜੀ ਪਾਰਟੀ ਹੈ ਕੈਪਟਨ ਅਮਰਿੰਦਰ ਨੇ ਸੰਦੀਪ ਸੰਧੂ ਰਾਹੀਂ ਕੈਪਟਨ ਸੰਦੀਪ ਸੰਧੁਰਾਈ ਡੀਸੀ ਨੂੰ ਫੋਨ ਕਰਵਾਏ ਇਹ ਦੋਸੀ ਕੈਪਟਨ ਜਿਹੜੀ ਅਮਰਿੰਦਰ ਦੀ ਪਾਰਟੀ ਦੋਸੀ ਹੈ ਹੁਣ ਸਾਡੇ ਕੋਲ ਇੱਕੋ ਆਪਸ਼ਨ ਹੈ 5 ਸਾਲ ਬਾਅਦ ਮੌਕਾ ਮਿਲਿਆ ਵੀ ਅਸੀਂ ਸੰਗਤ ਨੂੰ ਅਪੀਲ ਕਰਦੇ ਥੋੜੇ ਚੈਨਲ ਰਾਹੀਂ ਕਿ ਇਹਨਾਂ ਚਾਰੋਂ ਪਾਰਟੀਆਂ ਦੇ ਬੰਦਿਆਂ ਨੂੰ ਵੋਟਾਂ ਨਾ ਪਾਓ ਅਸੀਂ ਆਪਣੇ ਵੱਲੋਂ ਕਿਸੇ ਨੂੰ ਰეკਮੈਂਡ ਨਹੀਂ ਕਰਦੇ ਕਿਹੜੀ ਪਾਰਟੀ ਨੂੰ ਵੋਟ ਪਾਣੀ ਹੈ ਆਜ਼ਾਦ ਨੂੰ ਪਾਓ ਨੋਟਾ ਕਰੋ ਕਿਸੇ ਹੋਰ ਪਾਰਟੀ ਨੂੰ ਪਾਓ ਪਰ ਇਹ ਚਾਰ ਪਾਰਟੀਆਂ ਦੋਸ਼ੀਆਂ ਜਿਹਦੇ ਮੇਨ ਦੋਸ਼ੀ ਬਲਵੀਰ ਸਿੰਘ ਸਿੱਧੂ ਕਾਂਗਰਸ ਦੂਜਾ ਦੋਸ਼ੀ ਪ੍ਰੇਮ ਸਿੰਘ ਚੰਦੂ ਮਾਜਰੇ ਜਿਹਨੇ ਪਿੰਡ ਗੋਦ ਲਿਆ ਹੋਇਆ ਸੀ ਪ੍ਰਧਾਨ ਮੰ ਤੀਜਾ ਦੋਸ਼ੀ ਕੈਪਟਨ ਅਮਰਿੰਦਰ ਜਿਹਨੇ ਸੰਦੀਪ ਸੰਧੂ ਰਾਹੀਂ ਸਾਡੇ ਤਾਂ ਗੱਲ ਕੀਤੀ ਚੌਥੇ ਦੋਸ਼ੀ ਭਾਜਪੀ ਪੰਜਾਬ ਦੇ ਲੀਡਰ ਆ ਮੇਰੇ ਨਾਲ ਫੋਟੋਆਂ ਤੇ ਹੈਗੀਆਂ ਇਹਨਾਂ ਤਾਂ ਅਸੀਂ ਬਾਇਕਟ ਕਰਨ ਦਾ ਹੁਕਮ ਦੇ ਰਹੇ ਆ ਤੇ ਜਿਹੜੀ ਇਹਨਾਂ ਨੇ ਪਿੰਡ ਨੂੰ ਸੜਕ ਸਿੱਧੀ ਕਰਨ ਦੀ ਬਜਾਏ ਟੀਡੀਆਈ ਦੇ ਗੇਟ ਵੱਲ ਸਿੱਧੀ ਕਰਤੀ ਮਤਲਬ ਆ ਜਿੱਥੇ ਆਪਾਂ ਖੜੇ ਆ ਆ ਸਾਡੇ ਪਾਸੇ ਟੀਡੀਆਈ ਬਿਜ਼ਨਸ ਸੈਂਟਰ ਹੈ ਤੇ ਖੱਬੇ ਪਾਸੇ ਇਹਦਾ ਪਿੰਡ ਹੈ ਪਿੰਡ ਨੂੰ ਜਾਣ ਨੂੰ ਰਸਤਾ ਹੀ ਹੈ ਨਹੀਂ ਕਿਉਂਕਿ ਟੀਡੀਆਈ ਬਿਜ਼ਨਸ ਸੈਂਟਰ ਸਾਹਮਣੇ ਆ ਜੇ ਟੀਡੀਆਈ ਕੋਲ ਉਧਰ ਕਿਸੇ ਜ਼ਮੀਨ ਨਹੀਂ ਖਰੀਦੀ ਇਹ ਤਾਂ 20 ਮੀਟਰ ਅੱਗੇ 20 ਮੀਟਰ ਅੱ ਟੀਡੀਐਨ ਲਾਹ ਪਹਚਾਨ ਵਾਸਤੇ ਪ੍ਰੇਮ ਸਿੰਘ ਚੰਦੂ ਮਾਜਰੇ ਨੇ ਰਸਤਾ ਬੰਦ ਕਰਾਇਆ ਬਲਵੀਰ ਸਿੰਘ ਸਿੱਧੂ ਨੇ ਜਿਹੜੇ ਦਾਉਂ ਅਗੇ ਮਨਰਵ ਅਕੈਡਮੀ ਕੋਲ ਰੋਡ ਹੈ ਉੱਤੇ ਸੱਜੇ ਤੇ ਖੱਬੇ ਦੋ ਕਲੋਨੀਆਂ ਬਣ ਗਈਆਂ ਉਹਨਾਂ ਨੇ ਪੈਸੇ ਦਿੱਤੇ ਹੋਣਗੇ ਤਾਂ ਹੀ ਬਲਵੀਰ ਸਿੰਘ ਸਿੱਧੂ ਲੈਟਾ ਲੋਆਂ ਦਾ ਵਾਅਦਾ ਕਰਕੇ ਮੁੱਕਰ ਗਿਆ ਆਪਣਾ ਭਾਈ ਮੈਂ ਜੀ ਗਰਨਾਪ ਸਿੰਘ ਦਾਉਂ ਭਾਰਤੀ ਕਿਸਾਨ ਯੂਨੀਅਨ ਲਖੋਵਾਲ ਬਲਾਕ ਪ੍ਰਧਾਨ ਮੁਹਾਲੀ ਅੱਜ ਅਸੀਂ ਮੈਂ ਇਸ ਪਿੰਡ ਦਾ ਜਾਮ ਪਾਲਾ ਜੋ ਦਾਉਂ ਤੋਂ ਜੋ ਕਿ ਸਾਡਾ ਇਸ ਦਾਉ ਸਾਹਿਬ ਦੀ ਧਰਤੀ ਨਾਲ ਬਹੁਤ ਵੱਡਾ ਲਗਨ ਹੈ ਤੇ ਅਸੀਂ ਇਸ ਇਤਿਹਾਸਕ ਗੁਰੂ ਘਰ ਨੂੰ ਹੀ ਮੰਨਦੇ ਆ ਤੇ ਅੱਜ ਇੱਕ ਇਤਿਹਾਸ ਗਵਾਹ ਜਿੱਥੇ ਆਪਾਂ ਖੜੇ ਆ ਅਸੀਂ ਕੋਈ ਕਿਸੇ ਤੇ ਐਲੀਗੇਸ਼ਨ ਨਾ ਹੀ ਝੂਠਾ ਲਾਇਆ ਨਾ ਹੀ ਲਾਉਨੇ ਤੇ ਸਾਡਾ ਇੱਕ ਕੰਮ ਹੈਗਾ ਸਰਕਾਰਾਂ ਭਾਵੇਂ ਜਿਹੜੀਆਂ ਮਰਜ਼ੀ ਹੋਣ ਅਸੀਂ ਮੋਸਣ ਜਾਣਦੇ ਆ ਮੋਸਣਾ ਸਾਡਾ ਕੰਮ ਹੈ ਕਿਉਂਕਿ ਅਸੀਂ ਦਿੱਲੀ ਤੱਕ ਵੀ ਮੋਦੀ ਨੂੰ ਮਸੂਕਾ ਛੱਡਿਆ ਭਾਵੇਂ ਸਾਡਾ 1 ਸਾਲ ਉੱਥੇ ਲੱਗ ਗਿਆ 750 ਸਾਡਾ ਕਿਸਾਨ ਸੀਧ ਹੋ ਗਿਆ ਪਰ ਲੇਕਿਨ ਰਹੀ ਗੱਲ ਹੁਣ ਅੱਜ ਇਹਨਾਂ ਨੂੰ ਮੋਸਣ ਦੀ ਅੱਜ ਇਹ ਇਤਿਹਾਸ ਗਵਾਏ ਇੱਧਰ ਦੇਖੋ ਇੱਕ ਕੱਲੀ TTI ਕੰਪਨੀ ਹੈ ਇੱਧਰ ਦੇਖੋ ਖੱਬੇ ਪਾਸੇ 25 ਪਿੰਡ ਨੇ 25 ਪਿੰਡ ਇਹ ਰਸਤਾ ਜਿੱਥੇ ਖੜੇ ਆ ਇੱਕ ਮੁੱਲਾਂਪੁਰ ਤੱਕ ਕ੍ਰੋਸ ਹੁੰਦਾ ਇਹ ਵਜੀਰਾ ਨੇ ਆਪਾਂ ਮੰਤਰੀ ਬਣਾਉਣੇ ਸਰਕਾਰਾਂ ਬਣਾਉਣੇ ਕਿ ਪਿੰਡਾਂ ਦਾ ਵਿਕਾਸ ਹੋਵੇ ਇਹ ਨਹੀਂ ਬਣਾਉਂਦੇ ਕਿ ਪਿੰਡਾਂ ਦੇ ਰਸਤੇ ਬੰਦ ਕੀਤੇ ਜਾਣ ਪਿੰਡਾਂ ਨੂੰ ਅੰਦਰ ਢੱਕਿਆ ਜਾਵੇ ਲੋਕਾਂ ਨੂੰ ਲੋਕਾਂ ਦਾ ਬਾਹਰ ਨਿਕਲਣਾ ਬੰਦ ਹੋਵੇ ਪਰ ਅੱਜ ਮੈਂ ਦੱਸਣਾ ਚਾਹੁੰਦਾ ਜਿਵੇਂ ਸਤਨਾਮ ਸਿੰਘ ਦਾਉ ਨੇ ਦੱਸ ਚੁੱਕਾ ਦੱਸ ਦਿੱਤਾ ਹੈ ਵੀ ਇੱਥੇ ਮਾਗੀ ਦਾ ਮੇਲਾ ਲੱਗਦਾ ਹਰ ਸਾਲ ਹਰ ਸੰਡੇ ਸੰਗਤ ਆਉਂਦੀ ਹੈ ਇਸ ਧਰਤੀ ਨਾਲ ਕੈਨੇਡਾ ਅਮਰੀਕਾ ਇੰਗਲੈਂਡ ਤੱਕ ਦੀ ਦੁਨੀਆ ਬਾਹਰ ਤੇ ਸਾ ਪਰਦੇਸਾਂ ਦੇ ਵਿੱਚ ਬੈਠੀ ਆ ਜਿਹੜੀ ਜੁੜੀ ਵੀ ਐ ਪਰ ਇੱਕ ਗੱਲ ਜ਼ਰੂਰ ਕਰਨੀ ਚਾਹੂਗਾ ਇੱਥੇ ਪਹਿਲਾਂ ਜਗਮੋਣ ਸਿੰਘ ਕਾਂਗਰਸ ਜਗਮੋਣ ਸਿੰਘ ਕੈਬਨਟ ਮੰਤਰੀ ਸੀ ਜਦੋਂ 1993 ਦੇ ਵਿੱਚ ਲੜਿਆ ਸੀ ਉਹਨਾਂ ਜਦੋਂ ਕੁਝ ਇਹ ਜੇ ਕਾਪੜੇ ਕੀਤੇ ਅੱਜ ਤੁਸੀਂ ਦੇਖੋ ਉਹਨੂੰ ਟਿਕਟ ਨਹੀਂ ਮਿਲੀ ਕਾਂਗਰਸ ਪਾਰਟੀ ਨੇ ਟਿਕਟ ਨਹੀਂ ਦਿੱਤੀ ਕਿਉਂਕਿ ਤਿੰਨ ਵਾਰ ਉਹ ਦੋ ਵਾਰ ਹਾਰ ਚੁੱਕਿਆ ਪਰ ਅਸੀਂ ਇਹੀ ਉਹ ਇਹਨਾਂ ਨੂੰ ਇਹਨਾਂ ਦੇ ਨਾਲ ਹਾਲ ਕਰਾਉਣਾ ਚਾਹੁੰਦੇ ਆ ਕਿ ਇੱਥੋਂ ਇਹਨਾਂ ਨੂੰ ਹਰਾ ਦਈਏ ਤੇ ਮੁੜ ਕੇ ਇਹਨਾਂ ਨੂੰ ਟਿਕਟ ਨਾ ਮਿਲੇ ਜਿਨ੍ਹਾਂ ਨੇ ਗੁਰੂ ਘਰ ਦੇ ਨਾਲ ਬਹੁਤ ਵੱਡਾ ਵਿਸ਼ਵਾਸ ਧੋਖਾ ਕੀਤਾ ਤੇ 25 ਪਿੰਡਾਂ ਦਾ ਇਹਨਾਂ ਲੋਕਾਂ ਨੇ ਰਸਤਾ ਬੰਦ ਕਰਵਾਇਆ ਕਾਂਗਰਸ ਅਕਾਲੀ ਤੇ ਭਾਜਪਾ ਆ ਤੁਸੀਂ ਦੇਖ ਸਕਦੇ ਹੋ ਇਹਨਾਂ ਦੇ ਨਾਲ ਸਾਡੇ ਮੋਹਤਪੁਰ ਬੰਦੇ ਨੌਜਵਾਨ ਯੂਥ ਸਾਡਾ ਜਿਹੜਾ ਅੱਜ ਪਿੰਡ ਦਾ ਏ ਉਹਨੇ ਬਹੁਤ ਅਪਰਾਧਾ ਕੀਤਾ ਅਸੀਂ ਹਾਈਵੇ ਜਾਮ ਵੀ ਕੀਤਾ ਇਹਨਾਂ ਨੇ ਉਲਟੇ ਦਾਅਵੇ ਮਾਰ ਕੇ ਟਰਾਲੀਆਂ ਚਕਾਈਆਂ ਗਈਆਂ ਕਿ ਪਰਚੇ ਦਰਜ ਕਰ ਦੇਾਂਗੇ ਪਰ ਸਾਨੂੰ ਬਾਅਦ ਚ ਪਤਾ ਲੱਗਿਆ ਵੀ ਸਾ ਇਹਨਾਂ ਨੇ ਇਹ ਕਿਹਾ ਵੀ ਪਰਚੇ ਹੋ ਜਾਣਗੇ ਜੇ ਸਾਨੂੰ ਪਤਾ ਹੁੰਦਾ ਅਸੀਂ ਟੈਂਟ ਲਾ ਕੇ ਬੈਠ ਜਾਂਦੇ ਭਾਵੇਂ ਦਿੱਲੀ ਮੰਗਣਾ ਸਾਡਾ 1 ਸਾਲ ਲੱਗ ਜਾਂਦਾ ਪਰ ਅਸੀਂ ਰਸਤਾ ਜੇ ਮੰਤਰੀਆਂ ਦੇ ਭਰੋਸਿਆਂ 'ਪਰ ਰਾਂ ਰਹਿੰਦੇ ਅਸੀਂ ਰਸਤਾ ਖਲਾ ਕੇ ਛੱਡਦੇ ਹਾਂ ਮੈਂ ਜਸਪਾਲ ਸਿੰਘ ਨਿਆਮੀਆਂ ਭਾਰਤੀ ਕਿਸਾਨ ਯੂਨੀਅਨ ਲਖੋਵਾਲ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਜੀ ਜਿਹੜਾ ਤੁਸੀਂ ਕਿਸਾਨ ਨੂੰ ਇਹਨਾਂ ਨੇ ਇੰਨਾ ਵੱਡਾ ਬਦਤਨ ਕੀਤਾ ਇਹ ਇੱਕ ਸਿਤਾਇਆ ਪ੍ਰੋਟੈਕਟਰ ਹੈ ਸਿਤਾਇਆ ਦਾ ਕੰਮ ਹੈ ਕਿ ਆਰਗਨ ਇਹ ਕੰਪਨੀ ਨੂੰ ਆਹ ਦੇਣ ਵਾਸਤੇ ਲੀਡਰ ਬਣਦੇ ਲੋਕ ਜਿਹੜੇ ਟੋਨਾ ਦੇ ਤੇ ਕੰਪਨੀ ਦੌਰਾਨ ਵਾਸਤੇ ਜਿਤਨੇ ਲੋਕਾਂ ਵਾਸਤੇ ਜਿਤਨੇ ਦੇਖੋ ਜੀ ਲੋਕਾਂ ਤੇ ਇਹ ਵੋਟਾਂ ਪਾਉਂਨੇ ਬਾਅਦ ਵਿੱਚ ਤਾਂ ਇਹਨਾਂ ਨੂੰ ਆਪਣਾ ਘਰ ਦੇਖਣ ਲੱਗ ਜਾਂਦਾ ਕੰਮ ਇਹ ਕੰਪਨੀਆਂ ਵਾਸਤੇ ਕਰਦੇ ਤਾਂ ਹੀ ਸਾਡੀ ਦਿੱਲੀ ਲੜਾਈ ਤੀ ਦਿੱਲੀ ਵੀ ਉਹ ਕੰਪਨੀਆਂ ਖਾਤਰੇ ਕੰਮ ਕਰਦੀ ਸੀ ਭਾਜਵਾ ਸਰਕਾਰ ਇੱਥੇ ਵੀ ਆਹੀ ਹਾਲ ਹੈ ਇਹ ਵੀ ਬਲਬੀਰ ਸਿੱਧੂ ਨੇ ਸਿਰਫ ਭ੍ਰਿਸ਼ਟਾਚਾਰੇ ਫਲਾਇਆ ਹੋਰ ਕੁਝ ਨਹੀਂ ਕਰਿਆ ਵਿਕਾਸ ਨਹੀਂ ਕਰਿਆ ਹੈ ਬਿਲਕੁਲ ਵੀ ਦੇਖੋ ਇੱਥੇ ਸੰਘਰਸ਼ ਵੀ ਹੋਇਆ ਸਾਰਾ ਕੁਝ ਹੋਇਆ ਊਰੇ ਜੇ ਰਸਤਾ ਛੱਡ ਦਿੰਦੇ ਇੱਕ ਬੋਲ ਹੋਰ ਪਰਾਂ ਕਰ ਲੈਂਦੇ ਇਤਿਹਾਸਕ ਪਿੰਡ ਤਾਂ ਇੰਨਾ ਕੁ ਤਾਂ ਦੇਖਣਾ ਚਾਹੀਦਾ ਦਾ ਵੀ ਗੁਰੂ ਘਰ ਗੱਲ ਕਿੰਨੀ ਸੰਗਤ ਜੁੜੀ ਵੀ ਹੈ ਅਸੀਂ ਵੀ 30 ਕਿਲੋਮੀਟਰ ਸਾਡਾ ਪਿੰਡ ਪਾਸੇ ਹੈ ਅਸੀਂ ਵੀ ਗੁਰੂ ਘਰ ਗੱਲ ਜੁੜੇ ਵੇਂ ਇਹਨਾਂ ਨੇ ਬਹੁਤ ਵੱਡਾ ਧੋਖਾ ਕਰਿਆ ਬਲਵੀਰ ਸਿੱਧੂ ਨੇ ਦੇਖਣਾ ਤਾਂ ਦੇਖੋ ਜੀ ਗੁਰੂਆਂ ਨੇ ਆਪੇ ਐ ਇਹਨਾਂ ਨੂੰ ਰਿਜ਼ਲਟ ਮਿਲ ਜਾਣਾ ਹੁਣ ਅਸੀਂ ਤਾਂ ਸੰਘਰਸ਼ ਕਰਨੇ ਵਾਲੇ ਆ ਸੰਘਰਸ਼ ਕਰ ਲੈਣਾ ਹੁਣ ਵੀ ਕਰ ਲੂਗੇ ਸੰਘਰਸ਼ ਪਿੰਡ ਪਿੰਡ ਜਾ ਕੇ ਕਹੋਗੇ ਵੀ ਭਾਈ ਬਲਵੀਰ ਸਿੱਧੂ ਨੂੰ ਵੋਟਾਂ ਨਾ ਪਾਓ ਇਹਨੂੰ ਜਿਹੜਾ ਵਿਸ਼ਵਾਸ ਘਾਤ ਕਰਦਾ ਆ ਉਹ ਵਿਸ਼ਵਾਸ ਘਾਤੇ ਐ ਪਿੰਡਿਆਂ ਨੂੰ ਲਾਰੇ ਲਾ ਕੇ ਰੱਖਣਾ ਇੱਕ ਵਿਸ਼ਵਾਸ ਘਾਤ ਐ ਦੁਆ ਦਬਕੇ ਮਾਰਨੇ ਜੇ ਸਾਡਾ ਜਥੇਬੰਦੀ ਦਾ ਉਰੇ ਸੰਘਰਸ਼ ਹੁੰਦਾ ਸਾਡੇ ਪਰ ਪਰਚੇ ਪਾਉਂਦਾ ਮੇਰੇ ਪਰ ਪਾਉਂਦਾ ਗਰਨਾਮ ਦਾਉ ਉਪਰ ਪਾਲਨ ਦਾ ਦੇਖਦਾ ਕਿੰਨੇ ਪਰਚੇ ਸਾਡੇ ਪਰ ਤਾਂ ਰੋਜੇ ਪੈਂਦੇ ਆ ਰੋਜੇ ਸੰਘਰਸ਼ ਕਰਨਾ ਹੁਣ ਮੋਹਾਲੀ ਧਰਨਾ ਲਾਉਣਾ ਅਸੀਂ 5 ਤਰੀਕ ਤੇ ਸਾਡੇ ਪਰ ਪਾਲਵਾਂ ਉਥੇ ਪਰਚਾ ਮੋਹਾਲੀ ਵਿੱਚ ਜੋਰ ਹੈ ਉਹਦਾ ਜਿੰਨਾ ਮਰਜੀ ਅਸੀਂ ਭੁੱਖ ਹੜਤਾਲ ਤੇ ਬੈਠਣਾ ਪਰਚੇ ਪਾਲਵਾਂ ਪਰ ਇਹਨਾਂ ਨੇ ਉਦੋਂ ਸਾਡਾ ਦਿੱਲੀ ਚੱਲਦਾ ਦਾ ਸੰਘਰਸ਼ ਦਿੱਲੀ ਕਰਕੇ ਅਸੀਂ ਨਹੀਂ ਇਹਨਾਂ ਕੋਲ ਪਹੁੰਚ ਸਕੇ ਵੀ ਨਹੀਂ ਤਾਂ ਕੋਈ ਗੱਲ ਨਹੀਂ ਦੀ ਪਰਚੇ ਹੋ ਜਾਂਦੇ ਕੋਈ ਚਿਕਨ ਨਹੀਂ ਨਹੀਂ ਸਾਡਾ ਦੁੱਧ ਦਾ ਮੈਟਰ ਉੱਥੇ ਦੁੱਧੇ ਰੇਟ ਦਾ ਉਹਦੇ ਕਰਕੇ ਅਸੀਂ ਭੁਖੜ ਹੜਤਾਲ ਕਰਨੀ ਹੈ ਬੇਰ ਕਾਮਿਲਕ ਬਲਾਂਡ ਹਾਂ ਜੀ ਇਹ ਜਿਹੜਾ ਲਾਹੂ ਪਿੱਟਦਾ ਹੈਗਾ ਇਹ ਕਿੰਨਾ ਕੀਪਾ ਇਹ ਅਸੀਂ ਹੁਣ ਅੱਜ ਬੈਠ ਕੇ ਰਣਨੀਤੀ ਤੈਅ ਕਰਾਂਗੇ ਵੀ ਕਿਸ ਤਰ੍ਹਾਂ ਦਾ ਸੰਘਰਸ਼ ਕਰਨਾ ਕਿਸ ਤਰ੍ਹਾਂ ਦਾ ਇਹਨਾਂ ਦਾ ਸਾਥ ਦੇਣਾ ਜਥੇਬੰਦੀ ਨੇ ਉਹ ਇਹਨਾਂ ਦੇ ਸੀਨੀਅਰ ਬੰਦਿਆਂ ਤੇ ਪੁੱਛ ਕੇ ਉਸ ਤਰ੍ਹਾਂ ਦਾ ਇਹਨਾਂ ਨੂੰ ਸਾਥ ਦੇ ਦੂੰਗੇ